ਅੱਜ ਟੋਕੇ ਦੇ ਨਵੇਂ ਟੋਕੇ ਦੇ ਜਿਹੜੇ ਦੰਦ ਸੀ ਉਹ ਘਸ ਗਏ ਸੀ, ਉਹ ਲਾ ਕੇ ਅਤੇ ਤਾਰ ਨਵੀਂ ਲਾ ਕੇ ਅਤੇ ਇਹਦੀ ਪਾਵਰ ਵਧਾ ਕੇ ਇਹਨੂੰ ਚਾਲੂ ਕੀਤਾ ਅਤੇ ਬਹੁਤ ਵਧੀਆ ਸਪੀਡ ਬਣੀ ਟੋਕਿਆਂ ਜਗਾੜ ਲਾਉਣ ਦਾ, ਬਹੁਤ ਵਧੀਆ ਸੀ ਤਿੱਖੇ ਕਰਨ ਦਾ ਕਰਕੇ ਤਿੱਖੇ ਦਾ ਚਾਲੂ ਕਰਕੇ ਵੇਖਿਆ, ਬਹੁਤ ਵਧੀਆ ਚੱਲਦਾ ਟੋਕਾ, ਇੱਕ ਬੰਦੇ ਕੋਲ ਨਹੀਂ ਰੁੱਗ ਪੂਰਾ ਆਉਂਦਾ ਹਿਸਾਬ ਨਾਲ। ਵੇਖੋ ਵੀ ਬੀਆਂ ਵਾਲੇ ਬੰਦਿਆਂ ਨੇ ਇੱਕ ਕਿਸਾਨ ਦੇ ਨਾਲ ਕਿੱਦਾਂ ਧੋਖੇ ਧੜੀ ਕਰਦੀ ਆ, ਕੁਛ ਬੂਟੇ ਨਿਸਰ ਗਏ ਆ ਅਤੇ ਕੁਛ ਬੂਟੇ ਅਜੇ ਨਿਸਰਨ ਡਏ ਆ, ਇਹ ਵਿਚਾਰੇ ਨੂੰ ਕਿਸੇ ਬੰਨੇ ਗੱਲ ਲਾਈ ਨਹੀਂ, ਪਤਾ ਨਹੀਂ ਹੁਣ ਕੀ ਆ। ਇੱਦਾਂ ਇਹੋ ਜਿਹੀਆਂ ਧੋਖੇ ਧੜੀਆਂ ਤੋਂ ਬਚਿਆ ਕਰੋ ਅਤੇ ਆਪਦੇ ਬੀਜ ਝਾੜ ਕੇ ਘਰੇ ਰੱਖ ਕੇ ਉਹਨਾਂ ਨਾਲ ਬਣਾਇਆ ਕਰੋ, ਜਿਹੜੇ ਮਹਿੰਗੇ ਬੀਜ ਵਾਲੇ, ਆਪਾਂ ਮਹਿੰਗੇ ਬੀਜ ਲੈਂਦੇ ਹਾਂ, ਇੱਕ ਆਪਾਂ ਨੂੰ ਉਹਨਾਂ ਦੀ ਗਰੰਟੀ ਨਹੀਂ ਹੁੰਦੀ ਆਪਦੇ ਹੱਥ ਦਾ ਬੀਜ ਝਾੜਿਆ ਹੋਊਗਾ ਬਹੁਤ ਵਧੀਆ ਉੱਗਦਾ ਵਾ। ਅਤੇ ਮੇਰੇ ਵੀਰ ਇਹੋ ਜਿਹੀਆਂ ਲੁੱਟਾਂ ਤੋਂ ਬਚੋ, ਜ਼ਿਮੀਂਦਾਰ ਬੰਦੇ ਨੂੰ ਤਾਂ ਕੋਈ ਲੋੜ ਹੀ ਨਹੀਂ ਬੀਜ ਪਾਸਿਓਂ ਖਰੀਦਣ ਦੀ, ਵੀ ਚਲੋ ਨਵਾਂ ਬੀਜ ਆਵੇ ਤਾਂ ਵੱਖਰੀ ਗੱਲ, ਥੋੜ੍ਹਾ ਬਾਲਾ ਬੀਜ ਲਿਆ ਇੱਦਾਂ ਫਸਲ ਤਾਂ ਨਾ ਖਰਾਬ ਹੋਊਗੀ। ਇਸ ਕਰਕੇ ਮੇਰੇ ਵੀਰ ਤੁਸੀਂ ਹਮੇਸ਼ਾ ਹੀ ਜਿਹੜਾ ਵਾ ਆਪਣਾ ਘਰ ਦਾ ਬੀਜ ਝਾੜ ਕੇ ਰੱਖਿਆ ਕਰੋ, ਕਿਉਂਕਿ ਉਹਦੀ ਤੁਹਾਨੂੰ ਗਰੰਟੀ ਹੁੰਦੀ ਆ ਅਤੇ ਬਹੁਤ ਸੋਹਣੇ ਬੀਜ ਉੱਗਦੇ ਆ। ਐਵੇਂ ਲੋਕ ਜਿਹੜਾ ਆਪਾਂ ਨੇ ਨੈੱਟ ਲੁੱਟ ਦੇ ਆਪਾਂ ਨੂੰ ਲੋਕ ਆਖ ਦਿੰਦੇ ਨਾ ਵੀ ਬੀਜ ਆਏ ਆ ਜੋ ਆ, ਇਹ ਸਾਰਾ ਆਪਾਂ ਨੂੰ ਗੁਮਰਾਹ ਕਰਨ ਲਈ ਇਹ ਸਾਰੇ ਆ ਵਰਤੇ ਜਾਂਦੇ ਆ ਪਤਕੰਡੇ। ਤੁਸੀਂ ਮੇਰੇ ਵੀਰ ਕੋਈ ਚੱਕਰ ਨਹੀਂ, ਅਸੀਂ ਹੁਣ ਕਦੋਂ ਦੀ ਜ਼ਿਮੀਂਦਾਰਾ ਕਰ ਲਿਆ ਅਤੇ ਅਸੀਂ ਅਜੇ ਤੱਕ ਬੀਜ ਜਿਹੜਾ ਵਾ ਕਿੱਲੇ ਖੰਡ ਦਾ ਭੜਾ ਲੈ ਆਈਏ ਮੁੱਲ ਵੀ ਗਾਂਹ ਬੀਜ ਬਣਾਉਣ ਲਈ, ਨਹੀਂ ਤਾਂ ਆਪਦਾ ਸਾਰਾ ਬੀਜ ਅਸੀਂ ਘਰ ਦਾ ਜਿੰਨਾ ਵੀ 400-500 ਕਿੱਲਾ ਜ਼ਮੀਨ ਦਾ ਵਾਹੀ ਕਰਦੇ ਹਾਂ, ਆਪਦਾ ਘਰ ਦਾ ਬੀਜ ਤਿਆਰ ਕਰਕੇ ਸਾਂਭ ਕੇ ਰੱਖ ਲਈਦਾ, ਕਣਕ ਦਾ ਵੀ ਝੋਨੇ ਦਾ ਵੀ। ਅਤੇ ਨਾਲੇ ਤਾਂ ਮੁੜ ਕੇ ਇਹੋ ਜਿਹੀ ਦਿੱਕਤ ਨਹੀਂ ਆਉਂਦੀ, ਪਤਾ ਹੁੰਦਾ ਬੰਦੇ ਨੂੰ ਵੀ ਇਹ ਅਸੀਂ ਆਪਦਾ ਸਾਡਾ ਘਰ ਦਾ ਇਹ ਬੀਜ ਆ, ਅਤੇ ਇੱਕ ਬੰਨਿਓ ਬੀਜ ਮੁੱਲ ਲਿਆਉਣਾ ਅਤੇ ਇੱਕ ਬੰਨਿਓ ਆ ਜਿੱਦਾਂ ਹੁਣ ਉਹਨੂੰ ਵੀਰ ਨੂੰ ਕਿੰਨੀ ਤੰਗੀ ਆਉਣੀ ਆ, ਜੇ ਅੱਧਾ ਝੋਨਾ ਉਹਦਾ ਪੱਕ ਜਾਣਾ ਵਾ ਅਤੇ ਅੱਧਾ ਉਹਦਾ ਝੋਨਾ ਸੁੱਕਾ ਰਹਿ ਜਾਣਾ, ਅਤੇ ਇਹ ਚੀਜ਼ਾਂ ਤੋਂ ਬਚਣ ਲਈ ਮੇਰੇ ਵੀਰ ਆਪ ਖੇਚਲ ਕਰ ਲਿਆ ਕਰੋ, ਹਰ ਇੱਕ ਜ਼ਿਮੀਂਦਾਰ ਇੰਨੀ ਖੇਚਲ ਤਾਂ ਕਰਨ ਜਾਣਦਾ ਹੀ ਹੁੰਦਾ ਵਾ। ਇਸ ਕਰਕੇ ਵੱਧ ਤੋਂ ਵੱਧ ਇਹਨਾਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਓ, ਕਿਉਂਕਿ ਜਿਹੜੇ ਯੂਨੀਵਰਸਿਟੀਆਂ ਵਾਲੇ ਲੋਕ ਆ ਇਹ ਆਪਦੀ ਥਾਂ ਜਾਂਦੇ ਆ, ਅਤੇ ਆਪ ਸਭ ਤੋਂ ਵੱਡੀ ਯੂਨੀਵਰਸਿਟੀ ਹੁੰਦੀ ਆ ਜਿਹੜਾ ਬੰਦੇ ਨੇ ਆਪ ਤਜਰਬਾ ਕਰ ਲੈਣਾ ਖੇਤ ਦੇ ਵਿੱਚ, ਉਹਦੇ ਤੋਂ ਵੱਡੀ ਯੂਨੀਵਰਸਿਟੀ ਕੋਈ ਨਹੀਂ ਹੈਗੀ। ਇਸ ਕਰਕੇ ਮੇਰੇ ਵੀਰ ਆਪੋ ਆਪਣੇ ਤਜਰਬੇ ਕਰਦੇ ਰਿਹਾ ਕਰੋ, ਇਹਦੇ ਨਾਲ ਕੀ ਆ ਤੁਹਾਨੂੰ ਇੱਕ ਤਾਂ ਫਸਲਾਂ ਬਾਰੇ ਗਿਆਨ ਮਿਲੂਗਾ, ਇੱਕ ਦੂਜਾ ਮਾਰਾ ਆਪ ਹੱਥੀਂ ਕੰਮ ਕੀਤਾ ਉਹਦੇ ਆਪਾਂ ਗੱਲ ਕਰਨ ਜੋਗੇ ਰਹਿ ਜਾਂਦੇ ਹਾਂ, ਕਿਸੇ ਦੇ ਉੱਤੇ ਨਿਰਭਰ ਨਹੀਂ ਕਰੀ ਜਾਂਦਾ ਹਮੇਸ਼ਾ ਜ਼ਿੰਦਗੀ ਦੇ ਵਿੱਚ। ਸਭ ਤੋਂ ਵੱਧ ਜਿਹੜਾ ਵਾ ਜ਼ਿਮੀਂਦਾਰੀ ਦੇ ਵਿੱਚ ਆਪ ਤਜਰਬੇ ਕਰਿਆ ਕਰੋ, ਇਹਦੇ ਨਾਲ ਤੁਹਾਡਾ ਜਿਹੜਾ ਗਿਆਨ ਆਪੇ ਵੱਧਦਾ ਰਹਿੰਦਾ। 110 ਦੀ ਨਾ ਨਿਸ਼ਾਨੀ ਇਹ ਆ, ਇਹ ਇੰਨੇ ਜਿਸ ਤਰ੍ਹਾਂ ਉਹ ਪਰਲੇ ਬੰਨੇ ਝੋਨੇ ਕਾਲੇ ਦਿਖਣ ਡਿਆ, ਇਹਨੇ ਰੰਗ ਆਪਦਾ ਛੱਡ ਜਾਣਾ, ਕੋਈ ਬਿਮਾਰੀ ਨਹੀਂ। ਇਹ ਵੀਰ ਗੁਰਵਿੰਦਰ ਦਾ ਝੋਨਾ ਹੀ ਵੇਖਣਾ ਸੀ ਅਤੇ ਇਹਨਾਂ ਨੂੰ ਸ਼ੱਕ ਪੈਂਦਾ ਸੀ ਵੀ ਜਿਸ ਤਰ੍ਹਾਂ ਝੋਨੇ ਦੇ ਉਤਲੇ ਬੰਨੇ ਦਾਗ ਜਿਹਾ ਪੈਂਦਾ, ਇਹ ਦਾਗ ਨਹੀਂ, ਇਹਦੇ ਤੋਂ ਕੋਈ ਡਰਨ ਦੀ ਲੋੜ ਨਹੀਂ ਆ। ਇਹ ਝੋਨੇ ਦਾ ਰੰਗ ਢੰਗ ਹੀ ਇੱਦਾਂ ਦਾ ਵੀ ਜਦੋਂ ਇਹ ਝੰਡਾ ਪੱਤਾ ਕੱਢਦਾ ਵਾ ਇਹ ਥੋੜ੍ਹਾ ਖੱਟੇਪਣ 'ਚ ਆ ਜਾਂਦਾ ਵਾ, ਅਤੇ ਕੋਈ ਇਹਦੇ ਤੋਂ ਡਰਨ ਦੀ ਲੋੜ ਨਹੀਂ ਆ। ਸਿਰਫ ਇਸ ਟਾਈਮ ਜਿਹੜੀ ਆਪਣੀ ਨਿਗਰਾਨੀ ਰੱਖਣ ਦੀ ਲੋੜ ਆ, ਕਿਉਂਕਿ ਜਦੋਂ ਗੋਭ ਅਤੇ ਝੋਨਾ ਆਉਂਦਾ ਵਾ ਸਿਰਫ ਪੱਤਾ ਲਵੇਟ ਦੀ ਜ਼ਿਆਦਾ ਨਿਗਰਾਨੀ ਰੱਖਣ ਦੀ ਲੋੜ ਆ, ਵੀ ਪੱਤਾ ਲਵੇਟ ਤੋਂ ਹੀ ਬਾਅਦ ਗੋਭ ਦੀ ਸੁੰਡੀ ਤਿਆਰ ਹੁੰਦੀ ਆ। ਇਸ ਕਰਕੇ ਮੇਰੇ ਵੀਰ
ਚਲੋ ਜੇ ਤਾਂ ਥੋੜ੍ਹੀ ਲੱਗਦੀ ਹੋਵੇ ਇੱਕ ਦੋ ਦਿਨ ਨਿਕਲ ਜਾਂਦੇ ਆ, ਪਰ ਜਦੋਂ ਤੁਹਾਨੂੰ ਲੱਗੇ ਵੀ ਇਹਨੂੰ ਪੱਤਾ ਲਵੇਟ ਜ਼ਿਆਦਾ ਪਈ ਜਾਂਦੀ ਆ ਤਾਂ ਫਿਰ ਮੇਰੇ ਵੀਰ ਇਹ ਨਾ ਵੇਖਿਆ ਕਰੋ ਖੇਚਰ ਖੂਚਰ ਫਿਰ, ਕਿਉਂਕਿ ਆਪਾਂ ਦੋਵਾਂ ਮਹੀਨਿਆਂ ਦੀ ਫਸਲ ਸਾਂਭੀ, ਮੁੜ ਕੇ ਤਿੰਨਾਂ ਦਿਨਾਂ ਬਦਲੇ ਆਪਾਂ ਖੇਚਲ ਬਦਲੇ, ਕਈ ਵਾਰ ਆਪਣਾ ਨੁਕਸਾਨ ਹੋ ਜਾਂਦਾ ਵਾ, ਇਸ ਕਰਕੇ ਉਦੋਂ ਪੱਤਾ ਲਵੇਟਦਾ ਜਿਹੜਾ ਵਾ ਇੱਥੇ ਆਣ ਕੇ, ਜਦੋਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਦਾ ਨਾ ਹੀ ਵੀ ਪੱਤਾ ਲਵੇਟਦਾ ਜ਼ਿਆਦਾ ਨੁਕਸਾਨ ਜਦੋਂ ਝੋਨਾ ਨਸਾਰੇ 'ਤੇ ਸ਼ੁਰੂ ਹੋ ਗਿਆ, ਹੁਣ ਇਹ ਤੋਂ ਹੀ ਮੁੜ ਕੇ ਗੋਭ ਦੀ ਸੁੰਡੀ ਬਣਨੀ ਸਾਰਾ ਕੁਝ, ਅਤੇ ਇੱਥੇ ਆਣ ਕੇ ਨਿਗਾਹ ਰੱਖਣੀ ਰੋਜ਼ ਵੀ ਜੇ ਪੱਤਾ ਲਵੇਟ ਵੱਧ ਗਈ ਤਾਂ ਉਸੇ ਵੇਲੇ ਸਪਰੇਅ ਕਰੋ, ਬਾਕੀ ਕੋਈ ਲੋੜ ਨਹੀਂ, ਮਹਾਰਾਜ ਦੀ ਕਿਰਪਾ ਹੈ ਕਿ ਝੋਨੇ ਬਹੁਤ ਵਧੀਆ ਵਾ। ਅਸੀਂ ਮਾਰ ਚੱਲੇ ਮੂੰਜੀ ਨੂੰ ਗੇੜਾ, ਪਾਕਿਸਤਾਨ ਵਾਲੇ ਬੰਦੇ ਮੂੰਜੀ ਆਖਦੇ ਨਾ, ਮੂੰਜੀ ਨੂੰ ਗੇੜਾ ਮਾਰਨ ਚੱਲੇ ਹਾਂ, ਤਾਂ ਵਾਲੇ ਜਿਹੜਾ ਆਪਣਾ ਪਲਾਟ ਆ ਵਾਹਵਾ ਦਿਨ ਹੋ ਗਏ ਜੀ ਉੱਥੇ, ਰੱਬ ਨੂੰ ਕੀ ਮਨਜ਼ੂਰ ਹੈ ਕੀ ਸਮਝੋ ਬਾਹਰ ਹੋਈ ਕਹਾਣੀ, ਦਿਨ ਜੇ ਲਾਉਂਦਾ ਨਹੀਂ ਅੱਜ ਫਿਰ ਕਿੰਨਾ ਮੀਂਹ, ਹੁਣੇ ਮੋਟਰਾਂ ਮਾਟਰਾਂ ਫਿੱਟ ਕਰਕੇ ਆਏ ਸੀ ਵੀ ਚਲੋ ਬੀਜਾ ਮਾਰਾ ਵੀ ਹੁਣ ਪਾਣੀ ਪੂਣੀ ਕੱਢ ਦਿੰਦੇ ਹਾਂ ਅਤੇ ਸੁੱਕ ਬੁਗਾ ਵੱਢਿਆ ਜਾਊਗਾ, ਅਤੇ ਉਹ ਚੰਗੀ ਗੱਲ ਬਣੀ ਅਤੇ ਫਿਰ ਜਿੰਨਾ ਕੁ ਪਾਣੀ ਗੱਲ ਕਾਹਦੀ ਕੱਢੀ ਦਾ ਵਾ, ਮੋਟਰਾਂ ਮਾਟਰਾਂ ਲਾ ਗਏ ਅਤੇ ਓਨਾ ਕੁ ਦੂਜਾ ਮਾਰਾ ਪੈ ਜਾਂਦਾ ਵਾ, ਹੁਣ ਵੇਹਨੇ ਆ ਕਿੰਨਾ ਕੁ ਪੈਂਦਾ ਯਾਰ, ਬੜਾ ਸਤਾਇਆ ਨਹੀਂ ਆ। ਉਹ ਕਿੱਥੇ ਆ ਦੂਜਾ ਬੱਚਾ, ਵੇ ਪਿੰਜਰੇ 'ਚ ਨਹੀਂ ਤਾੜਿਆ ਉਹਨੂੰ, ਆਹ ਲੂਣ ਚੋਂ ਕੰਦਰ ਰੱਖ ਯਾਰ ਖੁਰ ਜਾਣਾ, ਫਾਰਮ 'ਤੇ ਕੈਮਰਾ ਹੋ ਗਿਆ ਖਰਾਬ ਥੋੜ੍ਹਾ ਜਿਹਾ, ਜੋੜ ਜੜ ਸੜ ਗਏ ਸੀ, ਅਤੇ ਉਹ ਯਾਰ ਜੋਬਣਾ ਮੜਾ ਤਾਂ ਉਹਨੂੰ ਚੁੱਕ ਕੇ ਵੀ ਬੰਨਣਾ ਵਾ, ਇਹ ਪਤਾ ਲਾ ਤਾਂ ਚੁੱਕ ਕੇ ਚਾਦਰ ਜੀ ਨਾ ਇਸ ਹਿਸਾਬ ਨਾਲ ਬੰਨਣੀ, ਪਤਾ ਲੱਗ ਜਾਂਦਾ ਡੰਗਰ ਚਾਰਦੇ ਕਿ ਨਹੀਂ ਚਾਰਦੇ, ਘੇਰੇ ਘੇਰੇ ਪੈਲੀ ਦੇ ਘੁੰਮ ਜਾਂਦਾ, ਤਾਂਹੀਓ ਤਾਂ ਲਾਇਆ ਵਾ ਇਹਨਾਂ ਬਣਾਇਆ ਛਦਾਈ, ਆਹ ਸੁਨੀਲ ਜਿਹਾ ਕਰਕੇ ਬੰਦ, ਅਤੇ ਮੈਂ ਜੀ 7 ਵਜੇ ਉੱਠ ਪੈਂਦਾ, ਅਤੇ ਇਹ ਕੈਮਰੇ ਦਾ ਲਾਉਣ ਦਾ ਇਹੋ ਫਾਇਦਾ ਵੀ ਉੱਠਦੇ ਕਿੰਨੇ ਵਜੇ ਸਵੇਰੇ ਲੱਭੀਏ ਸਹੀ ਇਹਨਾਂ ਨੂੰ, ਇਹ ਉੱਠਦੇ ਆ ਜਦੋਂ ਇਹਨਾਂ ਦੇ ਮੂੰਹ 'ਤੇ ਵੱਜਦਾ ਨਾ ਸੂਰਜ, ਅਤੇ ਜੋਬਣੇ ਦੇ ਏਸੀ ਛੱਡਿਆ ਹੁੰਦਾ ਵਾ, ਉਹਨੂੰ ਤਾਂ ਪਤਾ ਹੀ ਲੱਗਣਾ ਕਿਹੜੇ ਵੇਲੇ ਸੂਰਜ ਚੜਿਆ ਅਤੇ ਕਿਹੜੇ ਵੇਲੇ ਨਹੀਂ, ਅਤੇ ਉਹਦਾ ਤਾਂ ਉਦੋਂ ਉਹਨੇ ਤਾਂ ਉਦੋਂ ਉੱਠਣਾ ਜਦੋਂ ਉਹਦਾ ਲੱਕ ਦੁਖਣ ਡਿਆ ਪਿਆ, ਇਹ ਹਿਸਾਬ ਇਸੇ ਕਰਕੇ ਲਾਇਆ ਏ, ਅਤੇ ਹੁਣ ਥੋੜ੍ਹਾ ਜ਼ਿਆਦਾ ਰਿਪੇਅਰ ਕਰਨ ਡਿਆ, ਆਹ ਵੇਖੋ ਝੋਨੇ ਦਾ ਨਸਾਰਾ, ਬਾਬਾ ਨਾਨਕਾ ਬਾਸਣ, ਬਾਕੀ ਜੋਤ ਨੂੰ ਮਨਜ਼ੂਰ ਆ, ਮੇਰਾ ਵੀਰ ਹੁਣ ਐਂ ਵਧੀਆ ਬੂਟਾ ਨਿਸਰਨ ਡਿਆ, ਵੇਖੋ ਕਿੱਡਾ ਵਧੀਆ ਨਜ਼ਾਰਾ, ਐਂ ਬੂਰ ਪੈ ਗਿਆ ਝੋਨੇ ਨੂੰ, ਥੱਲੇ ਵੇਖੋ ਕਿਤੇ ਭੋਰਾ ਪੱਤਾ ਨਹੀਂ ਗਲਿਆ ਕਿਤੇ ਥੱਲੇ, ਵੇਖੋ ਕਿਤੇ ਲੱਗਦਾ ਕਿਤੇ, ਯਾਰ ਕੀ ਬਹੁਤ ਕਿਰਪਾ ਮਾਲਕ ਦੀ, ਵੇਖੋ ਕਿਤੇ ਇੱਕ ਵੀ ਪੱਤਾ ਨਹੀਂ ਗਲਿਆ, ਜਿੱਥੋਂ ਮਰਜ਼ੀ ਭਾਵੇਂ ਵਿੱਚੋਂ ਵੇਖ ਲਓ, ਬਹੁਤ ਕਿਰਪਾ ਮਾਲਕ ਦੀ, ਅਤੇ ਹੁਣ ਵਧੀਆ ਵਧੀਆ ਬਾਬਾ ਨਾਨਕਾ ਨਿਸਰ ਲੈਣ ਡੇ, ਹਵਾ ਚੰਗੀ ਵਗਾਹ ਜੇ ਹਵਾ, ਪੱਛੋਂ ਵਗੇ ਨਾ ਫੇਰ ਨਜ਼ਾਰਾ ਆਉਂਦਾ ਵਾ, ਪੱਛੋਂ ਦੇ ਨਾਲ ਨਾਲੇ ਤਾਂ ਬਿਮਾਰੀ ਨਹੀਂ ਪੈਂਦੀ,
ਤੇ ਨਾਲੇ ਵੇਲਾ ਵੀ ਐਡੇ ਬੰਦੇ ਖਤਰਨਾਕ ਆ ਏ, ਬਲਬ ਹੋਲਡਰ ਲਾਉਣ ਦੀ ਬਜਾਏ ਪੱਖਾ ਲਾ ਕੇ ਜੋੜ ਚੈੱਕ ਕਰਨ ਲੱਗੇ ਆ। ਤਾਂਹੀਓ ਮੈਂ ਤੁਹਾਨੂੰ ਕਹਿੰਦਾ ਵੀ ਯੂਨੀਵਰਸਿਟੀ ਫੇਲ ਹੁੰਦੀ ਆ, ਯੂਨੀਵਰਸਿਟੀ ਮੈਂ ਤਾਂ ਹੀ ਕਹਿੰਦਾ ਵਾ ਫੇਲ ਹੁੰਦੀ ਆ, ਜੋ ਆਪਾਂ ਤਜਰਬਾ ਕਰ ਲੈਣਾ ਉਹਨਾਂ ਹਾਰ ਕੇ ਵੇਲਾ ਵੀ ਇਸ ਤਰ੍ਹਾਂ ਹੀ ਠੋਕ ਦਿੰਦੇ, ਵੇਲਾ ਜੋੜ ਹੀ ਚੈੱਕ ਕਰਨੇ ਆ। ਆਪਰੇਸ਼ਨ ਕੈਮਰੇ ਦੀ ਸੈਟਿੰਗ ਉਹ ਸੈੱਟ ਕਰਕੇ ਬੰਨਣਾ ਉੱਤੋਂ ਸਾਰਾ ਜਿਹੜਾ ਘੇਰੇ ਘੇਰੇ ਗੱਲ ਕਰਦੀ ਸਾਰਾ ਦੇ ਇਹ ਹਿਸਾਬ ਨਾਲ ਲਾ ਦੇ, ਇਸ ਤਰ੍ਹਾਂ ਹੀ ਵੇਖ ਲਿਆ ਕਰਨਾ ਵੀ ਇਹ ਮੱਝਾਂ ਚਾਰਦੇ ਵੀ ਹੈ ਕਿ ਨਹੀਂ। ਉਹ ਕੋਠੇ ਦੇ ਤੇ ਇੱਕ ਉਹ ਦੂਜਾ ਉਹ ਲੂਣ ਆਪਾਂ ਨਾ ਲੱਸੀ 'ਚ ਪਾਉਣ ਨੂੰ ਲਿਆਂਦਾ ਵਾ ਕਾਲਾ, ਉਹ ਮੱਝਾਂ ਨੂੰ ਨਾ ਪਾ ਦਿਓ ਮੇਰੇ ਵੀਰ, ਉਹ ਮੱਝਾਂ ਨੂੰ ਤਾਂ ਪਾਉਣਾ ਨਹੀਂ ਕਾਲਾ ਲੂਣ, ਉਹ ਜਿੰਨਾ ਤੁਸੀਂ ਲੱਸੀ 'ਚ ਪਾ ਪਾ ਪੀਣਾ ਵਾ। ਆਹੋ ਤਾਰ ਬੰਨ ਕੇ ਹੁਣੇ ਹੀ ਬੰਨ ਲਿਓ ਕਿ ਤੁਸੀਂ ਹੁਣ ਕਰਨਾ ਵਿਹਲੇ ਹੀ ਆ ਤੁਸੀਂ। ਸ਼ਾਮਾਂ ਪੈ ਜਾਣੀਆਂ ਜਦੋਂ ਉੱਧਰੋਂ ਆਉਣਾ ਇਹਨੇ, ਇਹ ਹਿਸਾਬ ਲਾ ਲੈਂਦਾ ਡੇਢ ਘੰਟਾ ਉੱਧਰੋਂ ਰਾਹ 'ਚ ਕਿਤੇ ਮੱਛੀ ਮੁੱਛੀ ਵੱਜ ਗਈ ਉਹ ਚੱਲ ਪੈਣਾ। ਬਸ ਹੁਣ ਕਿਰਪਾ ਮਾਲਕ ਦੀ ਹੁਣ ਸਾਰੇ 'ਤੇ ਆ ਗਿਆ, 110 ਝੋਨੇ ਨਿਸਰਨ ਡਏ ਆ, ਇੱਕ ਨਵੇਂ ਬੀਜ ਜਿਹੜੇ ਉਹ ਨਿਸਰਨ ਡਏ ਅਤੇ ਜਾਂ ਬਾਸਮਤੀਆਂ ਤਕਰੀਬਨ ਨਸਾਰਾ ਜਿਹੜਾ ਸ਼ੁਰੂ ਹੋ ਗਿਆ ਵਾ, 131 ਦਾ ਜੇ ਨਸਾਰਾ ਨਹੀਂ ਹੋਇਆ ਪੂਰਾ, ਬਾਕੀ ਸਾਰੇ ਨਸਾਰਾ ਹੋ ਗਿਆ। ਤਿੰਨੇ ਜਣੇ ਕੈਮਰਾ ਸੈੱਟ ਕਰਨਾ ਵੇਖ ਲਓ, ਸੋਚ ਲਾ ਗਏ ਜੀ ਹੁਣ, ਚੱਲ ਸੋਚ ਲੱਗੇ ਪਹੁੰਚ। ਇੱਕ ਲੈ ਕੇ ਉਹਨੇ ਸੈਲਫੀ ਸਟਿੱਕ ਜੀ ਇੱਥੋਂ ਫੜਿਆ ਹੋਇਆ ਕੈਮਰਾ ਹੈ ਨਾ, ਯਾਰ ਮੌਤ ਤੋਂ ਤਾਂ ਇੰਨਾ ਚਾਲੂ ਇਹ ਗੱਲ ਛੱਡਦੇ ਨਾ, ਮੌਤ ਤੋਂ ਤਾਂ ਮੈਂ ਇਹਨੂੰ ਵੇਖਿਆ ਇਹ ਜੀ ਉਹ ਮੋਟਰ ਦਾ ਕਨੈਕਸਰ ਵੀ ਕਰੰਟ ਮਾਰਦਾ, ਸਾਨੂੰ ਤਾਂ ਮਾਰਿਆ ਨਹੀਂ ਦੋ ਵਾਰੀ, ਇੱਕ ਦੇ ਤੜਕੇ ਗਿਆ ਯਾਰ ਇਹ ਡਰਦਾ ਡਰਦਾ ਹੱਥ ਲਾਉਂਦਾ ਨੇ ਮੋਟਰ ਸਾੜ ਕੇ ਰੱਖਤੀ ਅੱਜ, ਅਤੇ ਸਰਦਾਰ ਜੀ ਤਨਖਾਹ ਬੜਾ ਦਿਓ ਅਤੇ ਦੇਗ ਦੋ ਦੇਗ ਦੀਆਂ ਜਿਹੜੀਆਂ ਸੁਲਫੀਆਂ ਤਿੰਨ ਚਾਰ ਹੋਰ ਠੋਕ ਲਿਆ ਕਰ, ਲਾ ਦੇ ਲਾ ਦੇ ਬੰਦਾ ਪੈਰਾਂ ਦੇ ਨਾਲ ਹੀ ਆ, ਜੇ ਪੈਰ ਨਾ ਬਣਾਏ ਹੁੰਦੇ ਤਕਨੀਕ ਨਾ ਤਾਂ ਫਿਰ ਕਿੱਥੇ ਗੱਲ ਬਣਨੀ। ਬਸ ਠੀਕ ਆ, ਕੱਟ ਦੇ ਉਹ ਕੱਟ ਦੇ, ਕੱਟਿਆ ਗਿਆ ਲਓ ਜੀ ਜੋੜ ਤੇ ਚੈੱਕ ਹੋ ਗਏ ਆਪਣੇ, ਹੁਣ ਜੋੜ ਰੀਝ ਨਾਲ ਲਾ ਕੇ ਤੇ ਟੇਪ ਕਰ ਦਿੱਤੇ, ਫਿਰ ਉਹ ਜਿਹੜਾ ਮੂੰਹ ਘੁੰਮਿਆ ਨਾ ਉਹਦਾ ਕੈਮਰੇ ਦਾ ਐਨੂੰ ਕਰਕੇ ਤੇ ਆਹ ਚਾਦਰ ਜਿਹੜੀ ਥੋੜੀ ਤਾਂ ਨੂੰ ਕਰ ਦੇ, ਚੱਲ ਪਿਆ ਚੱਲ ਪਿਆ ਸਤਿਕਾਰ ਜੋ ਸਾਡੇ ਭਾਜੀ ਅਰਜੋਤ ਸਿੰਘ ਸੰਧੂ ਫਾਰਮ ਆਲੀ ਕਲਾਂ ਦੇ, ਭਾਜੀ ਅਰਜੋਤ ਸਿੰਘ ਸੰਧੂ ਫਾਰਮ ਆਲੀ ਕਲਾਂ ਦੇ ਰਹਿਣ ਵਾਲੇ, ਇਹਨਾਂ ਦੇ ਨਾਲ ਸਾਡਾ ਭਾਜੀ ਹੁਣਾਂ ਦੇ ਨਾਲ ਬਹੁਤ ਹੀ ਪਿਆਰ, ਬਹੁਤ ਹੀ ਇਹਨਾਂ ਦੇ ਨਾਲ ਸਹਿਯੋਗ ਸਾਨੂੰ ਹਰੇਕ ਕੰਮ ਦੇ ਵਿੱਚ ਦਿੰਦੇ ਆ, ਇਹ ਭਾਜੀ ਹੁਣੀ ਹਰੇਕ ਹੀ ਚੈਨਲਾਂ ਦੇ ਨਾਲ ਹਰੇਕ ਹੀ ਜੋ ਵੀਡੀਓ ਚੱਲਦੀਆਂ ਹਰੇਕ ਹੀ ਤਰ੍ਹਾਂ ਦੀਆਂ ਇਹਨਾਂ ਦੀਆਂ ਬਹੁਤ ਹੀ ਅੱਛੀ ਦੁਨੀਆਂ ਦੀ ਦੋ ਪ੍ਰੇਮ ਭਾਵਨਾ ਦੇ ਪ੍ਰੇਮ ਦੇ ਨਾਲ ਰਹਿਣ ਵਾਲੇ ਲੋਕ ਆਏ,
ਜਾਣੀ ਕਿ ਰੱਬ ਦੇ ਭੈ ਦੇ ਵਿੱਚ ਰਹਿਣ ਵਾਲੇ ਲੋਕ ਆ। ਇਹ ਰੱਬ ਨੂੰ ਇੰਨਾ ਮੰਨ ਚੁੱਕੇ ਆ ਵੀ ਇਹਨਾਂ ਦੇ ਵਿੱਚ ਪ੍ਰੋਪਰਟੀ, ਮਹਾਰਾਜ ਦੀ ਕਿਰਪਾ ਨੇ ਸਤਿਗੁਰੂ ਦੀ ਇੱਕ ਇਹੋ ਜਿਹੀ ਕਿਰਪਾ ਕੀਤੀ, ਪ੍ਰੋਪਰਟੀ ਦਿੱਤੀ ਇਹਨਾਂ ਨੂੰ ਵੀ, ਜੋ ਇਹਨਾਂ ਦੇ ਨੀਵੇਂ ਹੋਣ ਦੇ ਕਾਰਨ ਇਹਨਾਂ ਨੂੰ ਰੱਬ ਨੇ ਪ੍ਰੋਪਰਟੀ ਬਹੁਤ ਵਧੀਆ ਦਿੱਤੀ ਆ। ਅਤੇ ਸਾਡੇ ਵਰਗੇ ਜੋ ਇਨਸਾਨ ਲੋਕ, ਆਮ ਲੋਕ, ਆਮ ਲੋਕ ਜਿਹਨਾਂ ਨੂੰ ਕਹਿੰਦੇ, ਜਿਹਨੂੰ ਆਮ ਆਦਮੀ ਕਹਿ ਦਿੰਦੇ ਆ, ਇਹਨਾਂ ਦੇ ਨਾਲ ਬਹੁਤ ਸੰਯੋਗ ਰੱਖਦੇ ਆ ਭਾਅ ਜੀ ਅਰਜੋਤ ਸਿੰਘ ਹੁਣੀ, ਅਤੇ ਕਦੀ ਇਹਨਾਂ ਦੇ ਮਨ 'ਤੇ ਗੁੱਸਾ ਨਹੀਂ ਆਉਣਾ ਅਸੀਂ ਦੇਖਿਆ ਵਾ, ਵੀ ਕਿਉਂ ਜਦੋਂ ਜਿੰਨਾ ਚਿਰ ਸਾਡੇ ਨਾਲ ਵਿਚਰਦਿਆਂ ਨੂੰ ਹੋ ਗਿਆ ਵਾ। ਅਤੇ ਇਸ ਚੀਜ਼ 'ਤੇ ਵਧੀਆ ਜਿਹਾ ਗਾਣਾ, ਅਤੇ ਇਸ ਕਰਕੇ ਇਹਨਾਂ ਦੇ ਨਾਲ ਮੇਰੀ ਪ੍ਰੇਮ, ਪਹਿਲੋਂ ਮੇਰੇ ਡੈਡੀ ਜੀ ਹੁਣਾਂ ਦਾ ਵੀ ਵੱਡਿਆਂ ਦੇ ਨਾਲ ਹੈਗਾ ਸੀ, ਹੁਣ ਇਹਨਾਂ ਤੋਂ ਉਹਨਾਂ ਤੋਂ ਉਪਰੰਤ ਮੇਰਾ ਇਹਨਾਂ ਨਾਲ ਪ੍ਰੇਮ ਪੈ ਚੁੱਕਾ, ਹੁਣ ਮੇਰੀ ਡਿਊਟੀ ਲੱਗ ਚੁੱਕੀ ਆ। ਆਹ ਜੋ ਬਾਗ ਵਾ, ਇਹ ਬਾਗ ਵਾ, ਇੱਥੇ ਫੁੱਲਾਂ ਦਾ ਬੂਟੇ, ਨਾਖਾਂ, ਜੋ ਵੀ ਮਹਿੰਗੇ ਤੋਂ ਮਹਿੰਗਾ ਫਲ, ਜਿਹੜਾ 250 ਦਾ ਇੱਕ ਫਲ ਆ ਨਾ, ਜਿਹਨੂੰ ਕੇਵੀ ਫਲ ਕਹਿ ਦਿੰਦੇ ਆ, ਉਹ ਵੀ ਇੱਥੇ ਲੱਗ ਚੁੱਕਾ ਵਾ, ਉੱਥੇ ਮੇਰੀ ਡਿਊਟੀ ਲਾ ਚੁੱਕੀ ਆ। ਹੁਣ ਇਹ ਪ੍ਰੇਮ ਦੇ ਨਾਲ, ਕਿਉਂ ਮੈਂ ਅੱਗੇ ਵੀ ਗੀਤਕਾਰ ਹੈਗਾ ਥੋੜ੍ਹਾ ਬਾਹਲਾ, ਹੁਣ ਪ੍ਰੇਮ ਦੇ ਨਾਲ ਭਾਅ ਜੀ ਹੁਣੀ ਮੇਰੇ ਤੋਂ ਗੀਤ ਸੁਣਨਾ ਚਾਹੁੰਦੇ ਆ, ਮੈਂ ਇਹਨਾਂ ਨੂੰ ਸੁਣਾਉਣਾ ਚਾਹੁੰਦਾ ਵਾਂ, ਅਤੇ ਅੱਗੇ ਤੋਂ ਉਪਰੰਤ ਹੁਣ ਸੁਣੋ ਗੀਤ ਰਾਹੀਂ ਕੀ ਬੋਲ ਰਿਹਾ ਰਾਣਾ। ਹਾਂਜੀ। ਕਹਿੰਦੇ ਜਿਹਨੂੰ ਲੱਗ ਜੇ ਇਸ਼ਕ ਮਹਿਬੂਬ ਦਾ ਅਕਲ, ਉਸਦੇ ਖਾਨਿਓਂ ਨੱਸਦੀ ਹੈ, ਇੱਕ ਮਾਰ ਦੇਣਾ ਦੂਜੀ ਖਾਰ ਖਾਣੀ, ਤੀਜੀ ਖਲਕਤ ਵੇਖ ਕੇ ਹੱਸਦੀ ਹੈ, ਉਹ ਵਾਰੇ ਸ਼ਾਹ ਤੋਂ ਮਸ਼ੂਕਤਾ ਛੱਡ ਖੜਾ ਦੁਨੀਆ, ਵੱਧ ਤੋਂ ਵੱਧ ਪਈ ਵੱਸਦੀ ਹੈ। ਕਹਿੰਦੇ ਕਾਗਜ਼ ਭਿੱਜਿਆ ਕਦੇ ਕੰਮ ਨਹੀਂ ਆਉਂਦਾ, ਅੰਬਲੀ ਨਹਾਇਆ ਤੇ ਸਮਝ ਲਓ ਗਿਆ ਕੰਮੋ, ਡਰਾਈਵਲ ਹੱਥ ਜਾਣ ਸਵਾਰੀਆਂ ਦੀ, ਪਿੱਛੇ ਸ਼ੀਸ਼ਾ ਤਕਾਇਆ ਤੇ ਸਮਝ ਲਓ ਗਿਆ ਕੰਮੋ। ਕਹਿੰਦੇ ਦੁਕਾਨਦਾਰੀ ਨਾਲ ਚੱਲੇ ਮਿਰਚ ਦੇ, ਗੁੱਸਾ ਆਇਆ ਤੇ ਸਮਝ ਲਓ ਗਿਆ ਕੱਲੋ ਕੰਮੋ। ਇਸ ਕਰਕੇ ਹੁਣ ਅਸੀਂ ਭਾਅ ਜੀ ਹੁਣਾਂ ਨੂੰ ਕਹਿੰਦੇ ਜ਼ਿੰਮੇਵਾਰੀ ਜਿਹੜੀ ਹੁੰਦੀ ਨਾ, ਜਿੱਦਾਂ ਭਾਅ ਜੀ ਜੋਧਾ ਅਰਜੋਤ ਸਿੰਘ ਹੁਣੀ, ਭਾਅ ਜੀ ਅਰਜੋਤ ਸਿੰਘ ਹੁਣਾਂ ਨੇ ਜਿੱਦਾਂ ਮੇਰੀ ਜ਼ਿੰਮੇਵਾਰੀ ਲਾਈ ਆ, ਜ਼ਿੰਮੇਵਾਰੀ ਇੱਦਾਂ ਦੀ ਜ਼ਿੰਮੇਵਾਰੀ ਲਾਈ ਆ ਵੀ ਹਰੇਕ ਤੌਰ 'ਤੇ, ਹਰੇਕ ਤੌਰ ਦਾ ਉਹਨਾਂ ਨੇ ਮੈਨੂੰ ਡਿਊਟੀ ਦੇ ਦਿੱਤੀ ਆ। ਹੁਣ ਅੱਜ ਤੋਂ ਪਿੱਛੇ ਇੱਥੇ ਸਾਧ ਨਹੀਂ ਗੁਆਚੂਗਾ, ਅਤੇ ਹੁਣ ਮੈਂ ਅੱਜ ਤੋਂ ਪਿੱਛੇ ਹੁਣ ਅੱਜ ਤੋਂ ਉਪਰੰਤ ਗਾਣਾ ਸ਼ੁਰੂ ਕਰੂੰਗਾ। ਹਾਂ, ਜ਼ਿੰਮੇਵਾਰੀ ਦਾ ਮਾਲ ਤੇ ਭਾਵੇਂ ਹੋਵੇ ਅਰਬਾਂ ਦਾ, ਜ਼ਿੰਮੇਵਾਰੀ ਦਾ ਮਾਲ ਤੇ ਭਾਵੇਂ ਹੋਵੇ ਅਰਬਾਂ ਦਾ, ਤੀ ਭੈਣ ਬਣਾ ਕੇ ਦਗਾ ਕਮਾਉਣਾ ਕੰਮ ਨਹੀਂ ਮਰਦਾ ਦਾ, ਤੀ ਭੈਣ ਬਣਾ ਕੇ ਦਗਾ ਕਮਾਉਣਾ ਕੰਮ ਨਹੀਂ ਮਰਦਾ ਦਾ, ਉਹ ਕਿਸੇ ਦੀ ਸੋਹਣੀ ਵੇਖ ਤੇ ਆਪਣੀ ਮਾੜੀ ਕਹੀਏ ਨਾ, ਕਿਸੇ ਦੀ ਸੋਹਣੀ ਵੇਖ ਤੇ ਆਪਣੀ ਮਾੜੀ ਕਹੀਏ ਨਾ, ਅੱਧੀ ਘਰ ਵਿੱਚ ਖਾਲੀ ਕਿਸੇ ਤੋਂ ਕਰਜ਼ਾ ਲਈਏ ਨਾ, ਅੱਧੀ ਘਰ ਵਿੱਚ ਖਾਲੀ ਕਿਸੇ ਤੋਂ ਕਰਜ਼ਾ ਲਈਏ ਨਾ, ਧੀ ਤੇ ਪੈਣ ਤਕਾਈਏ ਨਾ ਕਿਤੇ ਭੁੱਲ ਕੇ ਯਾਰ ਦੀ, ਧੀ ਤੇ ਪੈਣ ਤਕਾਈਏ ਨਾ ਕਿਤੇ ਭੁੱਲ ਕੇ ਯਾਰ ਦੀ, ਮਰਦਾਂ ਨੂੰ ਹੈ ਮੇਣਾ ਸਾਂਗਿਆ ਲੜਾਂ ਦੀ ਮਾਰ ਦੀ, ਮਰਦਾਂ ਨੂੰ ਹੈ ਮੇਣਾ ਸਾਂਗਿਆ ਲੜਾਂ ਦੀ ਮਾਰ ਦੀ। ਵਾਹਿਗੁਰੂ ਜੀ ਆਪਣਾ ਵੀਰ ਆ ਰਾਣਾ, ਅਤੇ ਆਪਣੇ ਪਿੰਡ ਦਾ ਅਤੇ ਆਪਣੇ ਨਾਲ ਬਹੁਤ ਜ਼ਿਆਦਾ ਪ੍ਰੇਮ ਆ, ਜੋ ਵੀ ਆਪਣੇ ਬਾਗਬਾਨੀ ਦਾ ਜਿੰਨਾ ਵੀ ਇਹ ਸਾਰਾ ਸਾਂਭ ਸੰਭਾਲ ਇਹਦੇ ਸਿਰ 'ਤੇ ਆ, ਅਤੇ ਇਹਨੂੰ ਇੱਕ ਬਹੁਤ ਵਧੀਆ ਸ਼ੌਂਕ ਆ ਕਲਾਕਾਰੀ ਦਾ। ਇਹ ਆਉਣ ਵਾਲੇ ਸਮੇਂ 'ਚ ਸਾਰੇ ਵੀਰਾਂ ਤੋਂ ਸਪੋਰਟ ਵੀ ਮੰਗਦਾ ਵਾ ਵੀ ਮੈਨੂੰ ਕਲਾਕਾਰੀ ਦੇ ਵਿੱਚ ਵੀਰ ਵੱਧ ਤੋਂ ਵੱਧ ਸੰਯੋਗ ਦਿਓ। ਵੇਖੋ ਕਿੱਡੀ ਸੋਹਣੀ ਆਵਾਜ਼ ਵਾ, ਜੇ ਇਹ ਬੰਦੇ ਨੂੰ ਰਿਆਸ ਅਤੇ ਥੋੜ੍ਹਾ ਜਿਹਾ ਸੰਯੋਗ ਮਿਲ ਜਾਵੇ ਨਾ, ਤਾਂ ਬੰਦਾ ਬਹੁਤ ਵਧੀਆ ਤਰੱਕੀ ਕਰ ਸਕਦਾ। ਆਪਾਂ ਵੱਧ ਤੋਂ ਵੱਧ ਆਪਣੇ ਚੈਨਲ ਰਾਹੀਂ ਇਹ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਆ, ਜਿੰਨੀ ਵੀ ਹੋ ਸਕੇ ਇਹਨੂੰ ਮਹਾਰਾਜ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਸੱਧੂ ਫਾਰਮ ਆਲੀ ਯੂਟਿਊਬ ਚੈਨਲ ਵੱਧ ਤੋਂ ਵੱਧ ਲਾਈਕ, ਫੋਲੋ ਅਤੇ ਸਬਸਕ੍ਰਾਈਬ ਕਰੋ। ਕਿੱਥੇ ਚੜ੍ਹ ਕੇ ਬਹਿ ਗਿਆ ਜੀ? ਤੇਰੇ ਰੇਤ ਨਹੀਂ ਆਉਣਾ।
ਵਲੌਗ ਵਿੱਚ।